फिर तुम इस काम च रहो ना, जे थोनू ये चीज़ा इंपैक्ट कर दी, जे थोनू ये चीज़ा परेशान कर दी, फिर तुम ये काम छोड़ दो। दादा जी नूं लैके जिस तरीके नाल एक सिख कम्युनिटी च एक धड़ा जां एक एक अजिहे लोग ने जिहड़े बहुत सारे सवाल चुकदे, तुसीं सोशल मीडिया ते देखदे होवोगे, बहुत सारियां गल्लां कहिंदे, उनका इंपैक्ट बड़ा बुरा पैंदा है, परिवार ते वी पैंदा है, इत्थों तक कहना वो शब्द कहने ते नहीं चाहिए, बुचड़ कह दिंदे ने। शब्द तुसी कहा ना, अज गल शब्द ही की, रब दे रंग ने, वाहिगुरु दे परमात्मा दे रंग ने। अज एक बंदा गल ये कहना हुंदा सी जिने ये गल नौ शुरू कीता सी, अज वो बंदा सिखी चो अकाली दल चो उसे तक तो उसे जथेदार ने उन्हू कढ के 10 साल ही वेला करता। चलो मैं नौ नहीं लेना चाहता उस जे बंदे, नहीं क्यों ऐसे बंदे का नौ लेना। अच्छा तुसी जवान ते सब तो पहला बिलकुल उस तो मतलब कहण दा, देखो ए ओ परमात्मा है ਜਿਹਦੀ ਅਸੀਂ ਤਾਂ ਉਹ ਤੋਂ ਮੰਗਦੇ ਹਾਂ, ਕਹਿਣ ਨਾ ਕਿਸੇ ਦੇ ਕੀ ਹੁੰਦਾ। ਜਿਹਨੇ ਵੀ ਕਹੇ ਕਿਵੇਂ ਪੱਗਾਂ ਲਾਈਆਂ ਇੱਕ ਦੂਜੇ ਨੇ ਦੇਖ ਲਓ, ਇਹ ਤਾਂ ਪਰਮਾਤਮਾ ਦੇ ਰੰਗ ਨੇ, ਉਹ ਤੋਂ ਮੰਗੋ ਜੋ ਮੰਗਣਾ, ਉਹ ਤੋਂ ਉਹਦੇ ਨੱਕ ਰਗੜੋ, ਕਹਿਣ ਨਾਲ ਕੀ ਹੁੰਦਾ ਹੈ, ਉਹ ਬੜੀ ਵੱਡੀ ਤਾਕਤ ਆ। ਅੱਛਾ ਚਾਰ ਜ਼ਿਮਨੀ ਚੋਣਾਂ ਦਾ ਅੱਜ ਬਹੁਤ ਲੋਕ ਬਹੁਤ ਇਹੋ ਜਿਹੀਆਂ ਗੱਲਾਂ ਕਹਿ ਰਹੇ ਨੇ ਜਿਹੜੇ ਤੁਸੀਂ ਕਮੈਂਟ ਕਰਨ ਵਾਲੀ ਗੱਲ ਕਹਿ ਰਹੇ ਆ, ਉਹ ਮੈਂ ਗੱਲ ਕਹਿ ਨਹੀਂ ਸਕਦਾ ਵੀ ਇਹਨਾਂ ਦਾ ਵੀ ਇਹ ਗੁਰੂ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਇਹ ਲੋਕ ਨੇ, ਇਹਨਾਂ ਦੀ ਥਾਂ ਹੈ ਔਰ ਇਹ ਰਹਿਣ ਜੋਗੇ ਨੇ, ਇਸ ਕਰਕੇ ਇਹ ਕਿਉਂਕਿ ਸਾਨੂੰ ਪਤਾ ਨਾ ਵੀ ਉਹਨਾਂ ਨੇ ਕਿਸ ਲਈ ਕੀ ਕੀਤਾ ਹੈ। ਉਹ ਲੋਕਾਂ ਦੀ ਗਿਣਤੀ ਜਿਵੇਂ ਦੱਸਿਆ ਨਾ ਮੈਂ, 20 ਲੱਖ ਕੈਨੇਡਾ ਚ, 1 ਲੱਖ ਉਹ ਨੇ, 19 ਲੱਖ ਉਹ ਨੇ। ਪਰਿਵਾਰ ਤੇ ਬੜਾ ਬੁਰਾ ਇੰਪੈਕਟ ਪੈਂਦਾ, ਪਰਿਵਾਰ ਸੋਸ਼ਲ ਮੀਡੀਆ ਅੱਜ ਕੱਲ ਜਿਵੇਂ ਚੱਲ ਰਿਹਾ ਕਈ ਵਾਰ। ਦੇਖੋ ਫਿਰ ਤੁਸੀਂ ਇਸ ਕੰਮ ਚ ਰਹੋ ਨਾ, ਜੇ ਤੁਹਾਨੂੰ ਇਹ ਚੀਜ਼ਾਂ ਇੰਪੈਕਟ ਕਰਦੀਆਂ ਨਾ, ਜੇ ਤੁਹਾਨੂੰ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ, ਫਿਰ ਤੁਸੀਂ ਇਹ ਕੰਮ ਛੱਡ ਦਿਓ।